ਪਿਛਲੇ ਦਿਨੀਂ ਮਨੀਲਾ ਵਿੱਚ ਹੋਏ ਪੰਜਾਬ ਦੇ ਹਲਕਾ ਕੋਟਕਪੁਰਾ ਪਿੰਡ ਵਾਂਦਰ ਜਟਾਣਾ ਦੇ ਨੌਜਵਾਨ ਦੇ ਕਤਲ ਤੋਂ ਬਾਅਦ ਮ੍ਰਿਤਕ ਦੇਹ ਉਹਨਾਂ ਦੇ ਪਿੰਡ ਵਾਂਦਰ ਜਟਾਣਾ ਵਿੱਚ ਪਹੁੰਚੀ ਅਤੇ ਰੀਤੀ ਰਿਵਾਜਾਂ ਅਨੁਸਾਰ ਹਰਪ੍ਰੀਤ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਇਸ ਲਾਲ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ। 8 ਦਿਨਾਂ ਬਾਅਦ ਆਈ ਹੈ, 15 ਦਸੰਬਰ ਨੂੰ ਮਤਲਬ ਸਵੇਰ 6:30 ਵਜੇ ਡੈਥ ਹੋਈ ਇਹਨਾਂ ਦੀ। ਹੋਇਆ ਕੀ ਸੀ ਉਸ ਦਿਨ? ਉਸ ਦਿਨ ਇਹਦਾ ਮਰਡਰ ਹੀ ਹੋਇਆ ਜੀ, ਮਤਲਬ ਅਣਪਛਾਤੇ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਮਾਰਿਆ ਇਹਨਾਂ ਨੂੰ ਜੀ। ਕੀ ਕੰਮ ਕਰਦੇ ਸੀ? ਉੱਥੇ ਫਾਈਨੈਂਸ ਦਾ ਕੰਮ ਕਰਦੇ ਆਪਦਾ, ਬਿਜਨਸ ਆਪਦਾ ਸੀ ਇਹਨਾਂ ਦੇ। ਹੁਣ ਕਿਸ ਤਰ੍ਹਾਂ ਕਿਹੜੀ ਮਦਦ ਲੈਣ ਲੱਗੇ ਹੋ? ਮਦਦ ਸਾਡੇ MLA ਹੈਗੇ ਨੇ ਫਰੀਦਕੋਟ ਦੇ, ਕੁਸ਼ਲਦੀਪ ਜੀ ਢਿੱਲੋਂ ਸਾਹਿਬ, ਉਹਨਾਂ ਨਾਲ ਅਸੀਂ ਸੰਪਰਕ ਕੀਤਾ ਅੱਜ ਸ਼ਾਮ ਨੂੰ। ਉਹਨਾਂ ਨੇ ਪ੍ਰਨੀਤ ਕੌਰ ਜੀ ਨਾਲ ਕੀਤੀ ਗੱਲਬਾਤ, ਫਿਰ ਉਹਨਾਂ ਸੁਸ਼ਮਾ ਸਵਰਾਜ ਨਾਲ ਗੱਲ ਕੀਤੀ, ਫਿਰ ਪ੍ਰੋਫੈਸਰ ਸਾਧੂ ਸਿੰਘ ਨਾਲ ਸਾਡੀ ਗੱਲਬਾਤ ਹੁੰਦੀ ਰਹੀ ਹੈ। ਬਾਕੀ ਸਾਡਾ ਮੀਡੀਆ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਜੀ, ਫਿਰ ਪ੍ਰਿੰਟ ਮੀਡੀਆ ਨੇ, ਦੂਜਾ ਇਲੈਕਟ੍ਰੀਸ਼ਨ ਮੀਡੀਆ ਨੇ, ਸਾਰੇ ਨਾਲ ਜੀ। ਅੱਜ ਕੋਈ ਨਹੀਂ ਆਇਆ, ਕੋਈ ਸਿਆਸੀ ਲੀਡਰ ਨਹੀਂ ਇੱਥੇ। ਕੋਈ ਸਿਆਸੀ ਲੀਡਰ ਨਹੀਂ ਆਇਆ? ਕੋਟਕਪੁਰਾ ਤੋਂ ਤਰਸੇਮ ਚੋਪੜਾ ਦੀ ਰਿਪੋਰਟ, ਚੈਨਲ 2।